नमस्कार, आप देख रहे हैं भारत टाइम्स न्यूज और मैं हूं आपके साथ कंचन। सरबत दा भला ट्रस्ट के एसपी ओबेरॉय के कर्मों की बदौलत आज लगभग 5 महीने की कार्यवाही के बाद शेखोपुर के रहने वाले गुरप्रीत सिंह नामक व्यक्ति को मौत की सजा से मुक्त कर भारत वापस लाया गया। युवक का कहना है कि 2019 में 3 पाकिस्तानी युवकों के साथ दुबई गया था, जहां उन्होंने अपराध किया और मैं अवैध रूप से इस मामले में शामिल हो गया। इसके बाद अदालत ने मुझे मौत की सजा सुनाई। मेरे परिवार ने सरबत दा ट्रस्ट भला के एसपी ओबेरॉय से मुलाकात की, जिसके बाद मुझे लगभग 5 महीने बाद भारत वापस लाया गया। सरबत भला ट्रस्ट के सदस्य सुखदीप सिद्धू ने कहा कि 2019 में गुरप्रीत नाम का युवक दुबई गया था, जहां वो युवक गैर कानूनी हत्या के मामले में शामिल था और दुबई की अदालत ने उसे मौत की सजा सुनाई थी। सुखदीप सिंह सिद्धू की मदद से परिवार के लोग सरबत दा भला ट्रस्ट के एसपी ओबेरॉय से मिले, जिसके बाद उन्होंने परिवार का दामन थामा और अपने युवक को दुबई से छुड़ाकर भारत वापस ले आए। करीब 2 लाख ब्लड मनी दी गई उसके परिवार को, जो भारतीय मुद्रा के अनुसार 46 लाख रुपए है। सुखदीप सिद्धू ने कहा कि सरकार ने भी बहुत मदद की और भारतीय दूतावास ने कागजी प्रक्रिया में बहुत सहयोग किया। ਮੈਂ ਦੁਬਈ ਦੇ ਵਿੱਚ ਜੋਬ ਕਰਦਾ ਸੀ ਅਤੇ ਨਜਾਇਜ਼ ਮੇਰੇ 'ਤੇ ਜਾਣੀ ਇਹ ਕਿਸ ਵਜੋਂ ਉਹਦਾ ਪਰਚਾ ਪੈ ਗਿਆ ਮਰਡਰ ਕੇਸ ਦੇ ਵਿੱਚ। ਅਤੇ ਉਸ ਤੋਂ ਬਾਅਦ ਅਸੀਂ ਮਤਲਬ ਅੰਮ੍ਰਿਤਸਰ ਹੁਣਾਂ ਨਾਲ ਅਸੀਂ ਰਾਬਤਾ ਕੀਤਾ, ਉਹਨਾਂ ਨਾਲ ਕਨੈਕਟ ਕੀਤਾ ਸੀ ਉਹਨਾਂ ਦੇ ਨਾਲ, ਅਤੇ ਉਹਨਾਂ ਨੇ ਸਾਡੀ ਬਾਂਹ ਫੜੀ, ਮਤਲਬ ਉੱਥੋਂ ਤੱਕ ਸਾਨੂੰ ਲੈ ਕੇ ਆਏ। ਮਤਲਬ ਫੈਮਿਲੀ ਨੇ ਭਜਨ ਅੱਠ ਕੇ ਉਹਨਾਂ ਦੇ ਨਾਲ ਮਤਲਬ ਗੱਲਬਾਤ ਕੀਤੀ ਉਹਨਾਂ ਦੇ ਨਾਲ, ਅਤੇ ਉਹਨਾਂ ਨੇ ਮਤਲਬ ਕੋਰਟ ਦੇ ਵਿੱਚ ਜਾ ਕੇ ਯਾਨੀ ਮੇਰੇ ਪਿੱਛੇ ਪੈਰਵਾਈ ਕਰਕੇ, ਅਤੇ ਅੱਜ ਮੈਨੂੰ ਯਾਨੀ 5 ਸਾਲ ਦੇ ਬਾਅਦ ਅੱਜ ਮੈਨੂੰ ਵੀ ਹਾਈ ਬਾਕੀ। ਤੁਸੀਂ ਗਏ ਕਦੋਂ ਸੀ ਇੱਥੋਂ? ਇੱਥੋਂ ਮੈਂ ਯਾਨੀ ਪਹਿਲਾਂ ਤੋਂ ਮਤਲਬ 2014 ਤੋਂ ਪਹਿਲਾਂ ਮੈਂ ਜੋਬ ਕਰਦਾ ਸੀ ਉੱਥੇ। ਉਸ ਤੋਂ ਬਾਅਦ ਯਾਨੀ ਇੱਕ ਨਜਾਇਜ਼ ਯਾਨੀ ਮੇਰਾ 3 ਮੁੰਡੇ ਸੀ ਪਾਕਿਸਤਾਨੀ ਮੇਰੇ ਕੇਸ ਦੇ ਵਿੱਚ, ਅਤੇ ਉਹਨਾਂ ਦੇ ਨਾਲ ਮਤਲਬ ਯਾਨੀ ਮਿਲ ਕੇ ਕੰਮ ਯਾਨੀ ਨਜਾਇਜ਼ ਯਾਨੀ ਪਰਚਾ ਪਾ। ਤੁਹਾਡਾ ਰਾਬਤਾ ਹੁੰਦਾ ਸੀ ਪਰਿਵਾਰ ਦੇ ਨਾਲ? ਜੀ ਬਿਲਕੁਲ। ਅਤੇ ਹੁਣ ਕਿੰਨਾ ਦੀ ਸਹਾਇਤਾ ਨਾਲ ਤੁਸੀਂ ਵਾਪਸ ਆਏ? ਐਸਪੀ ਸਿੰਘ ਓਬੇਰੋਏ ਉਹਨਾਂ ਦੇ ਨਾਲ, ਸੁਰਿੰਦਰਪਾਲ ਸਿੰਘ ਦਾ। ਧੰਨਵਾਦ ਕਰਨਾ ਚਾਹੋਗੇ ਉਹਨਾਂ ਦਾ? ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੋਗਾ ਉਹਨਾਂ ਦੀ ਟੀਮ ਦਾ, ਅਤੇ ਭਾਈ ਸੁਖਦੀਪ ਸਿੰਘ ਜਿਨ੍ਹਾਂ ਦੇ ਨਾਲ ਸਾਡੀ ਡੇਲੀ ਗੱਲਬਾਤ ਹੁੰਦੀ ਰਹੀ ਹੈ, ਪਿੱਛੋਂ ਮੇਰੇ ਫੈਮਿਲੀ ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕਰਦੇ ਰਹੇ ਉਹਨਾਂ ਦੇ ਨਾਲ। ਕਿਹੜੀ ਕੰਟਰੀ ਸੀ? ਇਹ ਦੁਬਈ, ਦੁਬਈ ਸ਼ਾਰਜਾ। ਸਰ ਜਿਹੜੇ ਨੌਜਵਾਨ ਜਾਂਦੇ ਆ ਉਹਨਾਂ ਵਾਸਤੇ ਅਪੀਲ? ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣਾ ਇੱਥੋਂ ਜਾਂਦੇ ਨੇ ਕੰਮ ਕਰਨ ਲਈ, ਆਪਣਾ ਕੰਮ ਕਰਨ ਜਾ ਕੇ, ਅਤੇ ਕਿਸੇ ਮਤਲਬ ਗਲਤ ਸੋਸਾਇਟੀ ਵਿੱਚ ਨਾ ਪੈਣ, ਆਪਣਾ ਕੰਮ ਕਰਨ। ਅਤੇ ਉੱਥੇ ਕੀ ਕਾਰਨ ਹੋਇਆ ਸੀ ਜਿਹੜਾ ਤੁਹਾਨੂੰ ਇੱਦਾਂ ਦਾ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ? ਬਸ ਇੱਕ ਐਕਸੀਡੈਂਟ ਦੀ ਘਟਨਾ ਵਾਪਰੀ ਮੇਰੇ ਨਾਲ, ਮਤਲਬ ਕਿਸੇ ਹੋਰ ਨੇ ਕੀਤਾ ਸੀ ਅਤੇ ਮਤਲਬ ਮੌਜੂਦ ਸੀ ਉੱਥੇ, ਅਤੇ ਮੇਰੇ ਤੋਂ ਨਾਲ ਪੈ ਗਿਆ। ਅਤੇ ਉਹ ਜਿਹੜੀ ਤੁਸੀਂ ਕੰਪਨੀ ਵੱਲੋਂ ਗਏ ਸੀ ਕੰਮ ਕਰਦੇ ਸੀ ਉੱਥੇ, ਉਹਨਾਂ ਵੱਲੋਂ ਤੁਹਾਡੀ ਕੋਈ ਸਹਾਇਤਾ ਕੀਤੀ ਵੀ? ਨਹੀਂ ਜੀ, ਉਹਨਾਂ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ। ਇਸੇ ਕਰਕੇ ਅਸੀਂ ਲਾਸਟ 'ਤੇ ਮਤਲਬ ਬਰਾਏ ਸਰ ਉਹਨਾਂ ਦੇ ਨਾਲ ਅਸੀਂ ਮਤਲਬ ਗੱਲਬਾਤ ਕੀਤੀ, ਸਰ ਸੁਖਦੀਪ ਉਹਨਾਂ ਦੇ ਨਾਲ ਗੱਲਬਾਤ ਕੀਤੀ, ਅਤੇ ਉਹਨਾਂ ਨੇ ਮਤਲਬ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਸਾਡੀ ਮਤਲਬ ਹੈਲਪ ਕੀਤੀ ਸਾਡੀ, ਅਤੇ ਅੱਜ ਮੈਨੂੰ। ਅਤੇ ਤੁਸੀਂ ਇੱਧਰ ਜਾਣੀ ਵੀ ਸੰਪਰਕ ਤੁਹਾਡਾ ਕਿਵੇਂ ਹੋਇਆ, ਵੀ ਕਿਵੇਂ ਇੱਧਰੋਂ ਤੁਹਾਨੂੰ ਹੈਲਪ ਦਿੱਤੀ ਗਈ? ਇੱਥੋਂ ਮਤਲਬ ਮੇਰੇ ਫਾਦਰ ਸਾਹਿਬ ਪਹਿਲਾਂ ਸੀ ਯਾਨੀ ਉਹਨਾਂ ਦੀ ਹੁਣ ਡੈਥ ਹੋ ਗਈ ਹੈ, ਅੱਜ ਉਹ ਵੀ ਨਹੀਂ ਇੱਥੇ ਪਹੁੰਚ ਸਕੇ, ਅਤੇ ਮਤਲਬ ਪਿੱਛੋਂ ਮੇਰੀ ਮਦਰ ਸੀ, ਫਿਰ ਉਹਨਾਂ ਨੇ ਮਤਲਬ ਸਰ ਸੁਖਦੀਪ ਉਹਨਾਂ ਦਾ ਸਾਨੂੰ ਪਤਾ ਲੱਗਾ, ਅਤੇ ਉਹਨਾਂ ਦੇ ਨਾਲ ਕਨੈਕਟ ਕੀਤਾ, ਉਹਨਾਂ ਦਾ ਨੰਬਰ ਲਿਆ, ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਸਾਨੂੰ ਜਿੰਨੀ ਵਾਰੀ ਇੱਥੇ ਮਤਲਬ ਬਰਾਏ ਸਾਹਿਬ ਇੱਥੇ ਅੰਮ੍ਰਿਤਸਰ ਏਅਰਪੋਰਟ ਤੋਂ ਜਾਂਦੇ ਰਹੇ ਦੁਬਈ, ਸਾਨੂੰ ਮਿਲਾਉਂਦੇ ਰਹੇ, ਅਤੇ ਉਹਨਾਂ ਨੂੰ ਮਿਲ ਕੇ ਯਾਨੀ ਮੇਰੀ ਫੈਮਿਲੀ ਨੇ ਯਾਨੀ ਪੂਰਾ ਕੇਸ ਜਿਹੜਾ ਪੂਰਾ ਹੈਂਡਲ ਕੀਤਾ।
ਸਰ ਨੌਜਵਾਨ ਨੂੰ ਤੁਸੀਂ ਦੁਬਈ ਤੋਂ ਸ਼ਿਕਾਰ ਲੈ ਆਓ, ਕੀ ਹਾਲਾਤ ਸੀ, ਕਿੰਨਾ ਟਾਈਮ ਲੱਗਾ? ਹਾਂਜੀ, ਇਹ ਗੁਰਪ੍ਰੀਤ ਸਿੰਘ ਪੁੱਤਰ ਦਾ ਪਰਮਜੀਤ ਸਿੰਘ ਸ਼ੇਖੂਪੁਰ ਪਿੰਡ ਜੈਂਤੀਪੁਰ ਦੇ ਲਾਗੇ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਦੇ ਬਾਰਡਰ 'ਤੇ ਇਹ 2019 ਦੇ ਵਿੱਚ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਕਿ ਇਹ ਨਾਲ ਲਪੇਟੇ ਦੇ ਵਿੱਚ ਆ ਗਿਆ ਕਿ ਕਿਸੇ ਦਾ ਕਤਲ ਹੋਇਆ ਸੀਗਾ ਅਤੇ ਉਹਦੇ ਵਿੱਚ ਨਾਲ ਇਹਨੂੰ ਵੀ ਫੜ ਲਿਆ ਗਿਆ ਉੱਥੋਂ ਪੁਲਿਸ ਵੱਲੋਂ। ਅਤੇ ਜਦੋਂ ਇਹਨਾਂ ਨੂੰ ਇਹਨਾਂ ਦੇ ਰਿਲੇਟਿਵ ਨੇ ਮਾਸਟਰ ਫਤਿਹ ਸਿੰਘ ਹੋਰੀ, ਇਹਨਾਂ ਦੇ ਪਿਤਾ ਜੀ ਸਰਦਾਰ ਪਰਮਜੀਤ ਸਿੰਘ, ਇਹਨਾਂ ਨੂੰ ਬਰਾਜ ਸਾਹਿਬ ਬਾਰੇ ਇਹਨਾਂ ਨੇ ਖਬਰਾਂ ਪੜ੍ਹੀਆਂ ਸੀਗੀਆਂ, ਪਤਾ ਸੀਗਾ। ਇਹ ਸੰਪਰਕ ਕਰਦੇ ਕਰਦੇ ਸਾਡੇ ਤੱਕ ਪਹੁੰਚੇ ਅੰਮ੍ਰਿਤਸਰ ਮਾਝਾ ਜੋਨ ਦੀ ਜਿਹੜੀ ਟੀਮ ਆ ਸਾਰੀ ਸਰਬੱਤ ਦਾ ਭਲਾ ਟਰੱਸਟ ਦੀ। ਅਤੇ ਅਵਰਾਜ ਸਾਹਿਬ ਨਾਲ ਫਿਰ ਅਸੀਂ ਗੱਲ ਕੀਤੀ, ਅਵਰਾਜ ਸਾਹਿਬ ਨੇ ਸਾਰਾ ਉਹ ਕੇਸ ਦੇਖਿਆ ਵਿਚਾਰਿਆ, ਫਿਰ ਉਹਨਾਂ ਨੇ ਹੈਂਡਲ ਕੀਤਾ ਸਾਰਾ ਕੇਸ। ਫਿਰ ਉੱਥੇ ਦਾ ਜੋ ਸ਼ਰੀਅਤ ਦਾ ਕਾਨੂੰਨ ਆ ਕਿ ਬਲੱਡ ਮਨੀ ਜਿਹੜਾ ਮਰ ਚੁੱਕਾ ਬੰਦਾ ਕਤਲ ਹੋਇਆ ਹੁੰਦਾ ਵਾ, ਉਹਦੇ ਪਰਿਵਾਰ ਨੂੰ ਜੇ ਉਹ ਬਲੱਡ ਮਨੀ ਵਾਸਤੇ ਦੀਆ ਮਨੀ ਲਈ ਮੰਨ ਜਾਂਦੇ ਨੇ, ਇਹ ਜਿਹੜਾ ਉੱਧਰ ਦਾ 2 ਲੱਖ ਰੁਪਈਆ ਲਗਭਗ ਆਪਣਾ 46 ਲੱਖ ਰੁਪਈਆ ਬਣਦਾ ਇੱਧਰ, ਉਹ ਫਿਰ ਪਰਿਵਾਰ ਦਾ ਪਤਾ ਕੀਤਾ ਜਿਨ੍ਹਾਂ ਦਾ ਬੱਚਾ ਕਤਲ ਹੋਇਆ ਸੀਗਾ ਉਹ ਬਲਾਚੌਰ ਦੇ ਲਾਗੇ ਪੰਜਾਬ ਦੇ ਹੀ ਆਪਣੇ। ਅਤੇ ਇਹਦੇ ਨਾਲ ਗੁਰਪ੍ਰੀਤ ਦੇ ਜਿਹੜੇ ਬਾਕੀ ਸੀ 3 ਜਿਹੜੇ ਫੜੇ ਗਏ ਸੀ, 4 ਸੀ ਟੋਟਲ ਨੌਜਵਾਨ ਸਾਰੇ, ਉਹ 3 ਪਾਕਿਸਤਾਨੀ ਸੀ। ਅਤੇ ਉਹਨਾਂ ਨੇ ਵੀ ਅਵਰਾਜ ਸਾਹਿਬ ਤੱਕ ਪਹੁੰਚ ਕੀਤੀ, ਫਿਰ ਇਹਨਾਂ ਦੇ ਰਾਹੀਂ ਸਾਰਾ ਹੋਰ ਸੌਖਾ ਹੋ ਗਿਆ, ਅਸੀਂ ਤਾਂ ਜ਼ਰੀਆ ਬਣੇ ਹਾਂ। ਅਤੇ ਉਹਨਾਂ ਦੇ ਪਰਿਵਾਰ ਨਾਲ ਫਿਰ ਉਹਨਾਂ ਨੂੰ ਮਨਾਇਆ ਬਲੱਡ ਮਨੀ ਵਾਸਤੇ, ਫਿਰ ਉਹਨਾਂ ਨੂੰ ਦੁਬਈ ਸੱਦ ਕੇ ਉੱਥੇ ਕੋਰਟ ਦੇ ਵਿੱਚ ਜੱਜ ਸਾਹਿਬਾਨ ਦੇ ਸਾਹਮਣੇ ਅਵਰਾਜ ਸਾਹਿਬ ਨੇ ਫਾਈਨੈਂਸ਼ਲੀ ਇਹ ਪਰਿਵਾਰਾਂ ਨੇ ਵੀ ਆਪਣਾ ਹਿੱਸਾ ਪਾਇਆ ਵਿੱਚ ਦਾ ਕਾਫੀ ਸਾਰਾ, ਇੱਕ ਵੱਡਾ ਹਿੱਸਾ ਜਿਹੜਾ ਉਹ ਡਾਕਟਰ ਐਸ ਪੀ ਸਿੰਘ ਵਰਾਏ ਹੋਰਾਂ ਨੇ ਆਪਣੇ ਕੋਲੋਂ ਪਾਇਆ ਜਿਹੜਾ ਬਲੱਡ ਮਨੀ ਦਿੱਤਾ। ਅਤੇ ਇਹ ਫਿਰ ਇਹਨਾਂ ਨੂੰ ਜਿਹੜਾ ਸੰਭਵ ਹੋ ਸਕਿਆ ਲਗਭਗ ਜਨਵਰੀ ਦੇ ਵਿੱਚ ਬਲੱਡ ਮਨੀ ਹੋ ਗਈ ਸੀਗੀ, ਦੇ ਦਿੱਤੀ ਸੀ ਉੱਥੇ। ਉਸ ਤੋਂ ਬਾਅਦ ਕਾਗਜ਼ੀ ਪੱਤਰੀ ਕਾਰਵਾਈ ਕਰਦਿਆਂ ਉਹਨਾਂ ਨੂੰ ਆਊਟ ਜੇਲ੍ਹ ਦੇ ਵਿੱਚ ਭੇਜਦਿਆਂ ਅੱਜ ਮਾਰਚ ਪਹੁੰਚ ਗਿਆ। ਸੋ ਇਸ ਤਰੀਕੇ ਨਾਲ ਸਾਰਾ ਜਿਹੜਾ ਰਲ ਮਿਲ ਕੇ ਇਸ ਪਰਿਵਾਰ ਨੇ ਬਹੁਤ ਭੱਜ ਨੱਠ ਕੀਤੀ ਆ, ਬਹੁਤ ਮਗਰ ਪੈਰਵੀ ਕੀਤੀ ਆ। ਅਤੇ ਐਸ ਪੀ ਸਿੰਘ ਵਰਾਏ ਹੋਰਾਂ ਨੇ ਵੀ ਜਿਹੜਾ ਉਹਨਾਂ ਦੀ ਉੱਥੇ ਜਿਹੜੀ ਟੀਮ ਆ ਦੁਬਈ ਦੀ ਸਰਬੱਤ ਦਾ ਭਲਾ ਟਰੱਸਟ ਦੀ, ਉਹਨਾਂ ਨੇ ਵੀ ਸਾਡੀ ਮਾਝਾ ਜੋਨ ਦੀ ਟੀਮ ਨੇ ਵੀ ਜਿੰਨਾ ਯਥਾ ਸੰਭਵ ਯੋਗਦਾਨ ਪਾ ਸਕੇ ਅਸੀਂ ਪਾਇਆ। ਸੋ ਸਾਰਾ ਰਲ ਮਿਲ ਕੇ ਇਹ ਗੁਰਪ੍ਰੀਤ ਅੱਜ ਜਿਹੜਾ 5 ਸਾਲ ਬਾਅਦ ਸਾਡੇ ਕੋਲ ਵਾਪਸ ਪਹੁੰਚਿਆ, ਫਾਂਸੀ ਦੀ ਸਜ਼ਾ ਉੱਥੇ ਸੁਣਾਤੀ ਗਈ ਸੀਗੀ, ਉਸ ਤੋਂ ਬਾਅਦ ਸਾਰਾ ਇਹ ਕੇਸ ਜਿਹੜਾ ਉਹਨੂੰ ਜਿਹੜਾ ਅੰਜਾਮ ਤੱਕ ਪਹੁੰਚਾਇਆ ਅਵਰਾਜ ਸਾਹਿਬ ਨੇ। ਉੱਧਰ ਦੇ ਕਾਨੂੰਨ ਦੇ ਹਿਸਾਬ ਨਾਲ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ? ਬਹੁਤ ਮੁਸ਼ਕਲ ਹੁੰਦੀ ਜੀ, ਗੁਰਪ੍ਰੀਤ ਵੀ ਦੱਸ ਦੂਗਾ ਉੱਥੇ, ਕਿਉਂਕਿ ਇੱਕ ਤਾਂ ਭਾਸ਼ਾ ਦੀ ਬੜੀ ਸਮੱਸਿਆ ਉੱਥੇ, ਸਾਨੂੰ ਹਰ ਕਾਗਜ਼ ਜਿਹੜਾ ਵਾ ਉੱਥੋਂ ਟਰਾਂਸਲੇਟ ਕਰਕੇ ਇੱਧਰ ਦਾ ਜਿਹੜਾ ਉਹਨਾਂ ਦਾ ਕੌਂਸਲੇਟ ਆ ਅੰਬੈਸੀ ਆ ਉਹਨਾਂ ਦੇ ਰਾਹੀਂ ਭੇਜਣਾ ਪੈਂਦਾ ਸੀ, ਦਿੱਲੀ ਤੱਕ ਭੱਜ ਨੱਠ ਕਰਨੀ ਪੈਣੀ, ਉੱਥੇ ਬਹੁਤ ਮੁਸ਼ਕਲ ਆਉਂਦੀ ਆ ਭਾਸ਼ਾ ਦੀ। ਇੱਕ ਉੱਥੇ ਕੋਈ ਦੇਖੋ 7 ਬਗਾਨੇ ਮੁਲਕ ਦੇ ਵਿੱਚ ਇੱਥੇ ਕਿਸੇ ਦੇ ਕਤਲ ਦਾ ਕੇਸ ਪੈ ਜਾਵੇ ਤਾਂ ਬਹੁਤ ਮੁਸ਼ਕਲ ਆਉਂਦੀ ਆ ਬੰਦੇ ਨੂੰ ਛਡਾਉਣਾ ਹੋਵੇ ਤਾਂ। ਉੱਥੇ ਸਿਰਫ ਸ਼ਰੀਅਤ ਦੇ ਕਾਨੂੰਨ ਦੇ ਵਿੱਚ ਇੱਕ ਮੱਦ ਹੈ ਜਿਹੜੀ ਕਿ ਬਲੱਡ ਮਨੀ ਤੁਸੀਂ ਦੇ ਕੇ ਜੇ ਪਰਿਵਾਰ ਮੰਨਦਾ ਹੋਵੇ ਸਹਿਮਤ ਹੋਣ ਤਾਂ ਫਿਰ ਤੁਸੀਂ ਛਡਾ ਸਕਦੇ ਜੇ, ਬਾਕੀ ਉੱਥੇ ਮੁਸ਼ਕਲਾਂ ਬਹੁਤ ਆ। ਕੋਈ ਬਗਾਨੇ ਸੱਤ ਬਗਾਨੇ ਮੁਲਕ ਦੇ ਵਿੱਚ ਪ੍ਰਦੇਸ਼ ਦੇ ਵਿੱਚ ਕੋਈ ਬਾਹਰ ਨਹੀਂ ਫੜਦਾ। ਅਤੇ ਅਵਰਾਜ ਸਾਹਿਬ ਦੇ ਕਰਕੇ ਸਾਨੂੰ ਆਸ ਸੀਗੀ ਕਿ ਅਸੀਂ ਨੇਪਰੇ ਝਾੜ ਲਵਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ, ਅਸੀਂ ਲੇਟ ਜ਼ਰੂਰ ਹੋਏ ਹਾਂ, ਕੁਝ ਸਮਾਂ ਨਿਕਲ ਗਿਆ। ਸਾਡੀ ਇੱਛਾ ਸੀ ਕਿ ਗੁਰਪ੍ਰੀਤ ਦੇ ਪਿਤਾ ਜੀ ਦੇ ਹੁੰਦਿਆਂ ਇਹਨੂੰ ਵਾਪਸ ਲੈ ਆਈਏ, ਪਰ ਉਹ ਸੰਭਵ ਨਹੀਂ ਹੋ ਸਕਿਆ, ਬਿਮਾਰ ਹੋ ਗਏ। ਬਿਮਾਰੀ ਇਸ ਤਰ੍ਹਾਂ ਦੀ ਗੰਭੀਰ ਸੀਗੀ ਕਿ ਪਿਛਲੇ ਸਾਲ 1.5 ਸਾਲ ਪਹਿਲਾਂ ਉਹ ਸਾਡੇ ਤੋਂ ਅਲਵਿਦਾ ਹੋ ਗਏ। ਸੋ ਮੁਸ਼ਕਲਾਂ ਤਾਂ ਬਹੁਤ ਹੈ ਜੀ, ਬਹੁਤ ਜ਼ਿਆਦਾ ਮੁਸ਼ਕਲਾਂ ਹੁੰਦੀਆਂ। ਭਾਰਤ ਸਰਕਾਰ ਵੱਲੋਂ ਦੇਖੋ ਕੇਸ ਤਾਂ ਸਾਰਾ ਅਵਰਾਜ ਸਾਹਿਬ ਨੇ ਖੁਦ ਲੜਿਆ, ਪਰ ਫਿਰ ਵੀ ਡਾਕੂਮੈਂਟੇਸ਼ਨ ਦੇ ਵਿੱਚ ਦਸਤਾਵੇਜ਼ ਮੁਹੱਈਆ ਕਰਨ ਦੇ ਵਿੱਚ ਬੰਦੇ ਨੂੰ ਜਿਹੜੀਆਂ ਲੀਗਲ ਫਾਰਮੈਲਿਟੀਜ਼ ਆ ਉਹਦੇ ਵਿੱਚ ਕਰਨ ਦੇ ਵਿੱਚ ਜਿੰਨਾ ਕੁ ਉੱਥੋਂ ਦੀ ਅੰਬੈਸੀ ਜਿਹੜੀ ਆ ਉਹ ਸਹਿਯੋਗ ਦਿੰਦੀ ਆ। ਇੱਥੇ ਜਿਹੜਾ ਕੇਸ ਆ ਸਾਰਾ ਇੱਥੋਂ ਕਾਗਜ਼ ਪੱਤਰ ਤਿਆਰ ਕੀਤੇ ਉਸ ਪਰਿਵਾਰ ਨੂੰ ਜਿਹੜੇ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਮਰ ਗਿਆ ਸੀਗਾ ਉਹਨਾਂ ਨੂੰ ਕਰਕੇ ਤਾਲਮੇਲ ਕਰਕੇ ਜਿਹੜੇ ਕਾਗਜ਼ ਭੇਜਣੇ ਸੀ ਇਹਨਾਂ ਵੱਲੋਂ ਜਿਹੜੀ ਪਾਵਰ ਆਫ ਅਟਾਰਨੀ ਭੇਜਣੀ ਸੀ ਉਹਦੇ ਵਿੱਚ ਸਰਕਾਰੀ ਦਫ਼ਤਰਾਂ ਦੀ ਲੋੜ ਪੈਂਦੀ ਸਹਿਯੋਗ ਦੀ, ਉਹ ਸਾਨੂੰ ਸਹਿਯੋਗ ਮਿਲ ਗਿਆ ਸੀ ਸਰ।